ਤਾਂ ਹੋਰ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਜਣਿਆਂ ਦਾ? ਤਾਂ ਸਵਾਗਤ ਹੈ ਅੱਜ ਦੇ ਵਲੋਗ ਦੇ ਵਿੱਚ। ਅਤੇ ਮੈਂ ਕੱਲ੍ਹ ਕਿਹਾ ਸੀ ਨਾ ਕਿ ਮੈਂ ਉੱਥੇ ਵਲੋਗ ਖਤਮ ਕਰਦਾ, ਪਰ ਨਹੀਂ, ਮੈਂ ਕੈਰੀ ਔਨ ਕੀਤਾ, ਬਸ ਪਰਨਾ ਚੇਂਜ ਕੀਤਾ ਸੀ। ਗੱਲ ਇਹ ਹੋਈ ਕਿ ਮੇਰਾ ਨਹੀਂ ਪਲੈਨ ਹੈ ਕੋਈ ਵੀ ਬਿਲਕੁਲ ਵੀ ਕਿ ਮੈਂ ਜਾਵਾਂ ਕਿਤੇ ਘੁੰਮਣ ਹੁਣ ਇਸ ਵੇਲੇ, ਪਰ ਫਿਰ ਆ ਕਿਹਾ ਚਲੋ ਯਾਰ ਕੱਲ੍ਹ ਸਵੇਰੇ ਛੇਤੀ ਘਰੇ ਨਿਕਲਾਂਗੇ, ਤਾਂ ਚੱਲਦੇ ਹਾਂ ਆ ਜਾਓ। ਤਾਂ ਯਾਰ ਪਹਿਲਾਂ ਮੈਂ ਇਹ ਹੀ ਸੋਚਿਆ ਕਿ ਕੱਲ੍ਹ ਵਾਲਾ ਵਲੋਗ ਆਪਾਂ ਬਣਾਵਾਂਗੇ, ਪਰ ਫਿਰ ਮੈਂ ਸੋਚਿਆ ਕਿ ਯਾਰ ਦੇਖੋ ਕੱਲ੍ਹ ਫਿਰ ਇੱਕ ਹੀ ਗੁਰਦੁਆਰਾ ਬਾਜਦਾ ਜੀ ਦੇ ਆਪਾਂ ਦਰਸ਼ਨ ਕਰਨੇ ਆ, ਤਾਂ ਲੋਕੇਸ਼ਨ ਘੱਟ ਆ, ਠੀਕ ਹੈ। ਤਾਂ ਫਿਰ ਅੱਜ ਵਾਲੇ ਨੂੰ ਮਿਕਸ ਕਰਕੇ ਦੋ ਵਲੋਗ ਇਕੱਠੇ ਕਰਕੇ ਨਾ, ਮਤਲਬ ਅੱਜ ਦਾ ਅੱਧਾ ਵਲੋਗ ਅਤੇ ਕੱਲ੍ਹ ਦਾ ਪੂਰਾ, ਫਿਰ ਵੱਡਾ ਹੋ ਜਾਊਗਾ ਉਹ, ਅਤੇ ਫਿਰ ਇਹ ਬਣਾ ਦਾਂਗੇ, ਨਾਲੇ ਗੁਰਦੁਆਰੇ ਥੋੜ੍ਹੇ ਵੱਖਰੇ ਹੋ ਜਾਣਗੇ, ਇੱਕੇ 'ਚ ਸਾਰਾ ਕੁਝ ਨਹੀਂ ਨਾ ਐਡ ਕਰਾਂਗੇ, ਤਾਂ ਫਿਰ ਆ ਜਾਓ। ਬਾਕੀ ਯਾਰ ਮੈਂ ਤੁਹਾਨੂੰ ਕੱਲ੍ਹ ਦੇ ਵਲੋਗ ਦੇ ਵਿੱਚ ਕਿਹਾ ਸੀ ਨਾ ਕਿ ਗੁਰਦੁਆਰਾ ਬਹੁਤ ਹੀ ਸੋਹਣਾ ਬਣਿਆ ਵਾ, ਕਹਿਣਾ ਮਤਲਬ ਆਲਾ ਦੁਆਲਾ ਸਾਰਾ ਕੁਝ ਹੈ ਨਾ, ਤਾਂ ਉਹਦੇ ਨਾਲ ਚੈੱਕ ਕਰਾਉਣਾ ਇੱਕ ਵਾਰੀ ਬਿਲਡਿੰਗ ਦੇਖੋ ਇੱਕ ਵਾਰੀ, ਠੀਕ ਹੈ, ਵਿਊ ਚੈੱਕ ਕਰੋ, ਦੇਖੋ ਠੀਕ ਹੈ, ਆਹ ਵੇਖੋ ਆਹ ਬਿਲਡਿੰਗ ਕਿਹੜੀ ਸੋਹਣੀ ਬਣਾਈ ਆ, ਪਾਰਕ ਬੜੀ ਸੋਹਣੀ ਬਣਾਈ ਆ, ਅੱਗੇ ਵੀ ਤੁਹਾਨੂੰ ਦਿਖਾਉਣਾ ਪੂਰਾ, ਆਹ ਦੇਖੋ ਆਹ ਪਾਰਕ ਬੜੀ ਸਹੀ ਲੱਗੀ ਮੈਨੂੰ, ਲਾਈਟਾਂ ਲੂਟਾਂ ਚੈੱਕ ਕਰੋ ਕਿੰਨੀਆਂ ਲਾਈਆਂ ਹੋਈਆਂ ਇੱਧਰ ਲਾਈਟਾਂ, ਇੱਧਰ ਕਿੰਨੀਆਂ ਡਿਜ਼ਾਇਨ ਵਾਲੀਆਂ, ਠੀਕ ਹੈ, ਗੁਰਦੁਆਰਾ ਇੱਧਰ ਗੁਰਦੁਆਰੇ ਦੀ ਬਿਲਡਿੰਗ ਹੈ, ਸਰੋਵਰ ਵੀ ਬਣਾਇਆ ਹੋਇਆ ਬੜਾ ਤਕੜਾ, ਅੰਦਾਜ਼ਾ ਚੈੱਕ ਕਰੋ, ਮੈਨੂੰ ਤਾਂ ਪੌੜੀਆਂ ਦਾ ਅੰਦਾਜ਼ਾ ਬੜਾ ਅਲੱਗ ਲੱਗਾ, ਆਹ ਪੌੜੀਆਂ ਦੇਖੋ ਇੱਥੋਂ ਜਾਂਦੀਆਂ ਜਿਹੜੀਆਂ ਸਾਈਡ ਤੋਂ, ਹੈ ਨਾ ਅਲੱਗ ਜਿਹੀਆਂ ਨਾ ਥੋੜ੍ਹੀਆਂ, ਐਵੇਂ ਕਿਸੇ ਗੁਰਦੁਆਰੇ ਦੇਖੇ ਨਹੀਂ ਅੱਜ ਤੱਕ ਆਪਾਂ। ਤਾਂ ਚਲੋ ਯਾਰ ਮੈਂ ਨਾ ਅੰਦਰ ਦਰਸ਼ਨ ਕਰਕੇ ਆਉਂਦਾ, ਇੱਧਰ ਦੇਖੋ ਯਾਰ ਕੰਪੈਰੀਜ਼ਨ ਕਰੋ ਬੰਦੇ ਐਂਡ ਪੱਖਾ, ਪੱਖਾ ਚੈੱਕ ਕਰੋ ਕਿੱਡਾ ਵੱਡਾ ਪੱਖਾ ਲਾਇਆ ਹੋਇਆ ਯਾਰ, ਤੁਸੀਂ ਉੱਥੇ ਪੱਖਾ ਚੈੱਕ ਕੀਤਾ ਗੁਰੂ, ਲੰਗਰ ਹਾਲ 'ਚ ਲੱਗੇ ਐਵੇਂ ਤਾਂ 7-8 ਲੱਗੇ ਸੀ, ਅਤੇ ਉਹਦੇ ਐਂ ਲੱਗਦਾ ਜਿਵੇਂ ਹੈਲੀਕਾਪਟਰ ਵਾਲੇ ਲਾ ਕੇ ਲਾਤੇ ਹੁੰਦੇ ਆ, ਅੱਗੇ ਉਹ ਸ਼ਾਇਦ ਅਰਦਾਸ ਹੋ ਰਹੀ ਹੈ ਹਲੇ। ਤਾਂ ਹੁਣ ਆਹ ਗੁਰਦੁਆਰੇ ਦੇ ਬਾਹਰ ਦਾ ਵਿਊ ਹੈਗਾ, ਠੀਕ ਹੈ, ਅਤੇ ਗੁਰਦੁਆਰੇ ਦਾ ਨਾਂ ਕਰਮਸਰ ਹੈ, ਜੇ ਮੈਂ ਗਲਤ ਪਹਿਲਾਂ ਬੋਲਦਾ ਹੋਇਆ ਕੱਲ੍ਹ ਦੇ ਵਲੋਗ ਦੇ ਵਿੱਚ। ਹੁਣ ਜਿਵੇਂ ਕਿ ਮੈਂ ਗੁਰਦੁਆਰੇ ਤੋਂ ਬਾਹਰ ਆਇਆ, ਮੈਂ ਥੋੜ੍ਹਾ ਘੁੰਮ ਫਿਰ ਲਈਏ, ਅਤੇ ਇੱਧਰ ਨਾ ਨਦੀ ਵੀ ਹੈ, ਰਿਵਰ ਸਾਈਡ ਆ ਗਿਆ, ਮੈਂ ਦੇਖਦਾ ਘੁੰਮਦੇ ਫਿਰਦੇ ਆ, ਬਾਜ਼ਾਰ ਦੇਖਦੇ ਆ, ਬਾਜ਼ਾਰ ਲੱਗਾ ਹੋਇਆ ਵਾ ਇੱਧਰ ਪੂਰਾ ਆਪਣਾ, ਆਵੇ ਅੰਬ ਵੀ ਗੰਦਾ ਆ, ਉੱਧਰ ਕੁਝ ਹੋਰ ਵੀ ਗੰਦੇ ਆਊਗਾ। ਲਓ ਦੋਸਤੋ ਅਸੀਂ ਪੁਲ 'ਤੇ ਆ ਗਏ ਹਾਂ, ਜਿੱਥੋਂ ਕਿ ਆਪਾਂ ਛਾਲ ਮਾਰ ਸਕਦੇ, ਜਿਹੜੇ ਵੀ ਦੁਖੀ ਲੋਕ ਨੇ ਆਪਣੀ ਜ਼ਿੰਦਗੀ ਤੋਂ ਮਾਰ ਸਕਦੇ ਛਾਲ, ਪਰ ਮਾਰੇ ਹੋਣਾ ਕੋਈ ਮੇਰਾ ਨਾਲ ਲੱਗ ਜੂਗਾ, ਠੀਕ ਆ। ਅਤੇ ਇੱਧਰ ਆਓ, ਤੁਹਾਨੂੰ ਪੁਲ ਵਿਖਾਊਂਗਾ ਮੈਂ, ਨਦੀ ਵਿਖਾਊਂਗਾ, ਹੋਰ ਕੀ ਵਿਖਾਊਂਗਾ, ਇੱਧਰ ਦੇਖੋ ਇੱਧਰ ਵੀ ਹੈ ਪੂਰਾ ਨਦੀ, ਰਸਤਾ ਸਾਰਾ ਸਾਫ਼, ਜੇ ਕੋਈ ਛਾਲ ਮਾਰੂਗਾ ਤਾਂ ਲੱਭੂਗਾ ਨਹੀਂ, ਪਰ ਮਾਰੇ ਹੋਣਾ ਕਿਉਂਕਿ ਮੇਰਾ ਨਾਲ ਲੱਗ ਜਾਣਾ, ਬਾਕੀ ਕੋਈ ਚੱਕਰ ਨਹੀਂ, ਜੋ ਮਰਜ਼ੀ ਕਰਿਓ। ਠੀਕ ਆ, ਅਤੇ ਆ ਚੈੱਕ ਕਰ ਲਓ ਪੁਲ, ਅਤੇ ਸੱਚੀ ਕੋਈ ਆ ਕੇ ਛਾਲ ਨਾ ਮਾਰ ਦਿਓ ਭਰਾਵਾ, ਮੈਂ ਉਦੋਂ ਮਜ਼ਾਕ ਕਰਨਾ, ਨਹੀਂ ਨੂੰ ਵੀ ਵੇਖ ਲਓ ਮੇਰੇ ਲੱਗ ਸਕੇ। ਤਾਂ ਯਾਰ ਹੁਣ ਨਾ ਬਾਜ਼ਾਰ ਦੇ ਵਿੱਚ ਆਪਾਂ ਖਾ ਰਹੇ ਕੁਲਫੀ, ਕੱਲ੍ਹ ਨਹੀਂ ਮੈਨੂੰ ਜ਼ਿਆਦਾ ਸਵਾਦ, ਰਾਣਾ ਸਾਹਿਬ ਵਾਲਿਆਂ ਦੀ ਕੁਲਫੀ ਹੈ ਬ੍ਰੈਂਡ, ਬੜੀ ਸਵਾਦ ਜੇ। ਤਾਂ ਆ ਜੇ ਫਿਰ ਅਗਲਾ ਦਿਨ, ਅਤੇ ਆਪਾਂ ਇੱਥੇ ਕਰਮਸਰ ਗੁਰਦੁਆਰਾ ਨਾ ਜਿਹੜਾ ਰਾਣਾ ਸਾਹਿਬ ਦੇ ਵਿੱਚ, ਉੱਥੇ ਆਪਾਂ ਦਰਸ਼ਨ ਕਰ ਲਈਏ, ਹੁਣ ਆਪਾਂ ਲੰਗਰ ਵੀ ਛਕ ਲਿਆ, ਠੀਕ ਆ, ਚਾਹ ਪੀਤੀ ਸਵੇਰੇ ਸਵੇਰੇ, ਬੜੀ ਸਵਾਦ ਚਾਹ ਹੀ। ਬਾਕੀ ਯਾਰ ਇਸ ਗੁਰਦੁਆਰੇ ਦਾ ਨਾ ਮੈਂ ਤੁਹਾਨੂੰ, ਗਲਾ ਖਰਾਬ ਹੋ ਗਿਆ ਮੇਰਾ, ਮੈਂ ਤਾਂ ਇਸ ਗੁਰਦੁਆਰੇ ਨੇ ਦੋ ਤਿੰਨ ਚੀਜ਼ਾਂ ਦੱਸਦਾ, ਇੱਥੇ ਨਾ ਮੈਨੇਜਮੈਂਟ ਮੈਨੂੰ ਬਹੁਤ ਵਧੀਆ ਲੱਗਾ, ਐਗਜੀਕਿਊਸ਼ਨ ਉਸ ਤੋਂ ਵੀ ਤਗੜਾ ਲੱਗਾ, ਮਤਲਬ ਇੱਥੇ ਮੈਂ ਪੰਜਾਬ ਦੇ ਬਹੁਤ ਸਾਰੇ ਗੁਰਦੁਆਰੇ ਦੇਖੇ, ਪਰ ਨਾ ਜੋ ਵਾਈਬਸ ਇੱਥੇ ਆ ਨਾ ਉਹ ਵੱਖਰੀਆਂ ਹੀ ਆ, ਠੀਕ ਆ। ਹੁਣ ਤੁਸੀਂ ਜੇ ਇੱਥੇ ਆਓ, ਕਿਹੜਾ ਬੜਾ ਵੱਖਰਾ ਐਕਸਪੀਰੀਅੰਸ ਹੋਊਗਾ, ਪਹਿਲਾਂ ਤਾਂ ਲੱਗੂਗਾ ਬੜਾ ਅਜੀਬੋ ਗਰੀਬ ਜਿਹਾ ਕੰਮ ਹੋਇਆ ਪਿਆ, ਪਰ ਜਦੋਂ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਨਾ ਪ੍ਰੈਕਟੀਕਲੀ ਉਸ ਚੀਜ਼ ਨੂੰ, ਫਿਰ ਬੜਾ ਮਹੱਤਵ ਦਿਖੂਗਾ, ਅਤੇ ਬਹੁਤ ਵਧੀਆ ਸੀਗਾ। ਤਾਂ ਯਾਰ ਆਪਾਂ ਹੁਣ ਰਾਣਾ ਸਾਹਿਬ ਤੋਂ ਬਾਹਰ ਆ ਜਾਣਾ, ਅਤੇ
ਆਪਾਂ ਹੁਣ ਆਏ ਹਾਂ ਆਲਮਗੀਰ, ਠੀਕ ਹੈ। ਆਲਮਗੀਰ ਸਾਹਿਬ ਆਏ ਅਤੇ ਇੱਥੇ ਹੁਣ ਆਪਾਂ ਗੁਰਦੁਆਰੇ ਨੂੰ ਜਾ ਰਹੇ ਹਾਂ ਅਤੇ ਮੀਂਹ ਪੈਣਾ ਹੋ ਗਿਆ ਸ਼ੁਰੂ, ਅਤੇ ਤੁਸੀਂ ਵੇਖ ਲਓ ਮੈਂ ਤਾਂ ਫਿਰ ਡਾਕੂ ਵਾਂਗੂ ਬਣ ਗਿਆ ਵਾਂ, ਖੂਨ ਦੀ ਟੈਨਸ਼ਨ ਨਹੀਂ ਮੀਂਹ ਦੇ ਵਿੱਚ ਕਿਉਂਕਿ ਵਾਟਰ ਪਰੂਫ ਆ, ਅਸੀਂ ਪਹਿਲਾਂ ਹੀ ਇੱਦਾਂ ਦਾ ਲਿਆ ਇਹ, ਅਤੇ ਬਾਕੀ ਮੈਂ ਕਵਰ ਕੋਟ ਤਾਂ ਪਾ ਕੇ ਰੱਖਦਾ। ਅਤੇ ਹੁਣ ਇੱਥੋਂ ਆਪਾਂ ਤੁਰਦੇ ਹਾਂ, ਤੁਰਦੇ ਤੁਰਦੇ ਪਹੁੰਚਦੇ ਹਾਂ ਗੁਰਦੁਆਰਾ ਸਾਹਿਬ ਥੋੜ੍ਹਾ ਹੀ ਆ। ਫਿਰ ਆਹ ਲੋਕੇਸ਼ਨਾਂ ਜੀ ਕਿਵੇਂ ਲੱਗਣ ਦੀਆਂ, ਪਲਾਜੇ ਪਲੂਜੇ ਬਣੇ ਆ, ਹੁਣ ਮੈਂ ਤੁਰਦਾ ਤੁਰਦਾ ਜਾਊਂਗਾ ਥੋੜ੍ਹਾ ਬਹੁਤ। ਇਹ ਆਪਣਾ ਲਾਸਟ ਸਟੋਪ ਹੈ ਇਸ ਯਾਤਰਾ ਦਾ, ਇੱਥੇ ਸਭ ਖਤਮ ਕਰਕੇ ਆਪਾਂ ਫਿਰ ਹੁਣ ਅੱਜ ਘਰ ਪਹੁੰਚ ਜਾਣਾ ਵਾ। ਅਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਆਪਣਾ ਜਿਵੇਂ ਪੰਜਾਬ ਦੇ ਵਿੱਚ ਹੈ ਨਾ ਲਾਸਟ ਸਟੋਪ ਇਹੀ ਸੀ। ਇਸ ਤੋਂ ਬਾਅਦ ਜਿਵੇਂ ਆਲਮਗੀਰ ਪਹੁੰਚੇ ਸੀ ਉਹ, ਠੀਕ ਆ, ਉੱਚ ਦਾ ਵੀਰ ਬਣ ਕੇ, ਠੀਕ ਆ, ਅਤੇ ਇੱਥੋਂ ਮੁੜ ਕੇ ਉਹ ਉੱਧਰੋਂ ਰਾਜਸਥਾਨ ਵਾਲੀ ਸਾਈਡ 'ਤੇ ਪੈ ਗਏ ਸੀ ਨਾ, ਠੀਕ ਹੈ, ਤਾਂ ਆਪਾਂ ਇੱਥੇ ਗੁਰਦੁਆਰਾ ਦਰਸ਼ਨ ਕਰਕੇ ਆਉਂਦੇ ਹਾਂ। ਤਾਂ ਲਓ ਜੀ, ਮੀਂਹ ਪੈਂਦੇ ਹੋਏ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਮੰਜੀ ਸਾਹਿਬ, ਠੀਕ ਆ, ਅਤੇ ਚੋੜਾ ਜਮ੍ਹਾਂ ਕਰਕੇ ਆਉਂਦੇ ਹਾਂ। ਤਾਂ ਲਓ ਯਾਰ, ਆਪਾਂ ਇਤਿਹਾਸ ਐਡ ਕਰਦੇ ਨੇ, ਤੁਸੀਂ ਰੋਕ ਕੇ ਆਰਾਮ ਨਾਲ ਪੜ੍ਹ ਲਿਓ, ਥੋੜ੍ਹੀ ਕੁਆਲਿਟੀ ਵਧਾ ਲਿਓ ਜੇ ਘੱਟ ਦਿਖ ਰਿਹਾ ਹੋਵੇ, ਅਤੇ ਮੱਥਾ ਅਸੀਂ ਟੇਕ ਆਏ ਅੰਦਰ, ਵੀਡੀਓ ਵਗੈਰਾ ਪੜ੍ਹੋ, ਤੁਹਾਨੂੰ ਪਤਾ ਇਹ ਬੰਦ ਹੁੰਦੀ ਹੈ ਹਮੇਸ਼ਾ, ਤਾਂ ਇਤਿਹਾਸ ਪੜ੍ਹੋ। ਅਤੇ ਆਪਾਂ ਮੈਂ ਅੰਦਰ ਬਹੁਤ ਵਧੀਆ ਲੋਕੇਸ਼ਨ ਹੋਈ ਸੀ ਬਣੀ ਸੀ, ਅਤੇ ਉੱਥੇ ਜਿਵੇਂ ਅੰਦਰ ਨਾ ਭੋਰਾ ਸਾਹਿਬ ਵੀ ਸੀ, ਉਹ ਵੀ ਬੜਾ ਵਧੀਆ ਲੱਗ ਰਿਹਾ ਸੀ। ਨਾਲੇ ਅੰਦਰ ਇੱਕ ਗੁਰੂ ਮਹਾਰਾਜ ਦੀ ਗਲਗੀ ਵੀ ਪਈ ਵਾ, ਉਹ ਉੱਤੇ ਕਰਕੇ ਰੱਖੀ ਹੈ ਨਾ ਉਹਨਾਂ, ਅਤੇ ਵਧੀਆ ਬਣਿਆ ਅੰਦਰੋਂ, ਠੀਕ ਹੈ। ਇੱਥੇ ਲਾਸਟ ਸੀਗਾ ਆਪਣਾ ਗੁਰੂ ਸਾਹਿਬ ਦਾ, ਮਤਲਬ ਉਹ ਇਸ ਤੋਂ ਬਾਅਦ ਪੰਜਾਬ 'ਚੋਂ ਚਲੇ ਗਏ ਸੀ, ਅਤੇ ਮੁੜ ਕੇ ਫਿਰ ਉੱਧਰ ਹੀ ਤੁਹਾਨੂੰ ਪਤਾ ਫਿਰ ਜੋਤ ਜੋਤ ਸਮਾ ਗਏ ਸੀ ਯਾਰ। ਜਿਵੇਂ ਉਹ ਗੁਰਦੁਆਰਾ ਮੰਜੀ ਸਾਹਿਬ ਹੈ ਨਾ, ਉਹਦੇ ਨਾਲ ਹੀ ਆਪਣਾ ਇੱਕ ਹੋਰ ਗੁਰਦੁਆਰਾ ਜਿਵੇਂ ਤੀਰਥਸਰ ਲਿਖਿਆ ਨਾ, ਠੀਕ ਹੈ, ਉੱਥੇ ਸਰੋਵਰ ਸੀ, ਠੀਕ ਹੈ। ਅਤੇ ਉੱਥੇ ਇਹ ਕਹਾਣੀ ਹੈ ਕਿ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਨਾ, ਅਤੇ ਇੱਥੇ ਜਿਵੇਂ ਪੀਣ ਵਾਲਾ ਪਾਣੀ ਸੀ ਜਿਹੜੀ ਖੂਹ 'ਚ, ਉਹ 'ਚ ਨਾ ਕਈ ਮਤਲਬ ਜਾਨਵਰ ਜਿਹਾ ਸੀ, ਉਹ ਕਿਵੇਂ ਦਾ ਹੁੰਦਾ ਆਪਣਾ, ਜਿਵੇਂ ਉਹ ਹੁੰਦੀ ਆ ਕੀ ਆਉਂਦੇ ਗੋਣੀ ਹੁੰਦੀ ਹੈ ਨਾ, ਉਹਦੇ ਅੱਗੇ ਕੋਈ ਜੀਵ ਸੀ, ਨਾਮ ਉਹਨੂੰ ਚਾਹੀਦਾ ਭੁੱਲ ਗਿਆ, ਠੀਕ ਹੈ। ਅਤੇ ਉਹ ਉੱਥੇ ਸੀਗਾ ਪਾਣੀ 'ਚ, ਤਾਂ ਲੋਕ ਪਾਣੀ ਨਹੀਂ ਪੀਂਦੇ ਉੱਥੋਂ ਦਾ, ਤਾਂ ਗੁਰੂ ਸਾਹਿਬ ਨੇ ਪਹਿਲਾਂ ਤੀਰ ਮਾਰ ਕੇ ਤਾਂ ਉਹਨੂੰ ਮਾਰਤਾ, ਅਤੇ ਉਹਦਾ ਲਹੂ ਵੱਗ ਗਿਆ ਪਾਣੀ ਦੇ ਵਿੱਚ, ਅਤੇ ਠੀਕ ਹੈ। ਅਤੇ ਉੱਥੇ ਇੱਕ ਬੀਬੀ ਸੀ, ਤਾਂ ਉਹਨੇ ਕਿਹਾ ਕਿ ਲੈ ਤੁਸੀਂ ਤਾਂ ਹੁਣ ਪਾਣੀ ਸਾਰਾ ਖਰਾਬ ਕਰਤਾ, ਜਿਹੜਾ ਭੋਰਾ ਮਾਸਾ ਵੀ ਖਾਦੇ ਉਹ ਵੀ ਨਹੀਂ ਵੀ ਖਾਦੇ ਹੁਣ, ਤੇ ਠੀਕ ਹੈ। ਅਤੇ ਉੱਥੋਂ ਉਹਨਾਂ ਕੀ ਕੀਤਾ ਕਿ ਤੀਰ ਮਾਰ ਕੇ ਤਾਂ ਨਵਾਂ ਹੀ ਸਰੋਤ ਕੱਢਤਾ ਪਾਣੀ ਦਾ। ਹੁਣ ਜਿਹੜੀ ਬੀਬੀ ਨੇ ਵੇਖ ਕੇ, ਇਹ ਤਾਂ ਫਿਰ ਬਹੁਤ ਪਹੁੰਚੀ ਹੋਈ ਚੀਜ਼ ਨੇ, ਠੀਕ ਆ। ਅਤੇ ਉਹਨਾਂ ਨੇ ਕੀ ਕਿਹਾ ਕਿ ਜੇ ਤੁਸੀਂ ਇੱਦਾਂ ਕਰ ਸਕਦੇ ਤਾਂ ਹੁਣ ਚਮੜੀ ਰੋਗ ਵੀ ਥੋੜ੍ਹਾ, ਉਹਨਾਂ ਆਖਿਆ ਮੇਰੇ ਚਮੜੀ ਰੋਗ ਦਾ ਵੀ ਇਲਾਜ ਕਰੋ ਥੋੜ੍ਹਾ, ਠੀਕ ਹੈ। ਅਤੇ ਉਹਨਾਂ ਜਿਵੇਂ ਪਾਣੀ ਨੂੰ ਵਰ ਜਾਣਗੇ ਤਾਂ ਕਿ ਥੋੜ੍ਹਾ ਚਮੜੀ ਰੋਗਾਂ ਨੂੰ ਸਹੀ ਕਰ ਸਕਦਾ ਪਾਣੀ, ਉਹ ਸਿਸਟਮ ਆ। ਅਤੇ ਫਿਰ ਉੱਥੇ ਵੀ ਆਪਾਂ ਦਰਸ਼ਨ ਕਰਕੇ ਆਏ ਹੁਣ, ਉੱਧਰ ਤਾਂ ਵੀਡੀਓਗ੍ਰਾਫੀ ਤਾਂ ਪੂਰੀ ਤਰ੍ਹਾਂ ਬੰਦ ਹੈ, ਤਾਂ ਜੇ ਲੋਕ ਬਾਹਰ ਵੀ ਬਣਾ ਲੈਂਦੇ ਨਾ ਉਸ ਗੁਰਦੁਆਰੇ ਤਾਂ ਐਂਟਰ ਹੋਏ। ਉਹਨਾਂ ਕਿਹਾ ਨਾਲ ਹੀ ਸੇਵਾਦਾਰ ਨੇ ਕਿਹਾ ਵੀਰੇ ਕੈਮਰਾ ਆਪਣਾ ਤੁਸੀਂ ਜੇਬ 'ਚ ਹੀ ਰੱਖਣਾ ਬਸ, ਸਹੀ ਹੈ। ਚਲੋ ਹੁਣ ਚੱਲੇ ਆਪਾਂ ਬਸ ਘਰ ਨੂੰ, ਸਾਰਾ ਖਤਮ ਆ ਆਪਣੀ ਟ੍ਰਿਪ ਟਰੁੱਪ ਪੂਰੀ, ਹਾਂ ਬਸ ਹੁਣ ਘਰ ਪਹੁੰਚ ਜਾਈਏ, ਲੈ 4-5 ਘੰਟੇ ਦਾ ਰਾਹ ਵਾ ਅਤੇ ਕਾਫੀ ਟਾਈਮ ਲੱਗਣਾ ਵਾ। ਇੱਥੇ ਬੈਠ ਜਾਓ, ਤਾਂ ਚਲੋ ਯਾਰ ਫਾਈਨਲੀ ਮੈਂ ਘਰ ਪਹੁੰਚ ਗਿਆ। ਮੈਨੂੰ ਅੰਮ੍ਰਿਤਸਰ ਵਾਲੀ ਬੱਸ ਨੇ ਬੜਾ ਖਰਾਬ ਕੀਤਾ ਯਾਰ, ਉੱਥੇ ਮੈਂ ਚੜ੍ਹ ਲੱਗਾ, ਕੰਡਕਟਰ ਨੇ ਵਾਰੀ ਬੰਦ ਕਰੀ ਰੱਖੀ, ਕਹਿੰਦਾ ਬੜੀ ਭਾਰੀ ਆ। ਬਾਕੀ ਬਸ ਹੁਣ ਮੈਂ ਸੋਣਾ ਚਾਹੁੰਦਾ ਯਾਰ, 7:30 ਹੋਏ ਪਏ ਆ, ਕਹਿਣ ਦਿਨਾਂ ਬਾਅਦ ਘਰ ਪਏ ਆ, ਹੁਣ ਥੋੜ੍ਹਾ ਵਧੀਆ ਫੀਲ ਹੋ ਰਿਹਾ, ਲੱਗ ਰਿਹਾ ਕਿ ਹਾਂ ਹੁਣ ਆਰਾਮ ਕਰ ਸਕਦੇ ਹਾਂ ਕਿ ਨਹੀਂ। ਤਾਂ ਬਸ ਸਮਝੋ ਹੁਣ, ਪਤਾ ਨਹੀਂ ਕਿੰਨੇ ਦਿਨਾਂ ਬਾਅਦ ਹੁਣ ਅਗਲਾ ਵਲੌਗ ਹੋਊਗਾ, ਮੈਨੂੰ ਵੀ ਨਹੀਂ ਪਤਾ ਕਦੋਂ ਮੈਂ ਘਰੋਂ ਬਾਹਰ ਨਿਕਲੂੰਗਾ। ਗਰਮੀ ਬੜੀ ਹੈ ਇੱਥੇ ਤਾਂ ਗੁਰੂ, ਉੱਥੇ ਫਿਰ ਵੀ ਸਹੀ ਗਾ, ਇੱਧਰ ਤਾਂ ਆਉਂਦੇ ਉੱਥੇ। ਜਦੋਂ ਮੈਂ ਨੈਕਸਟ ਬੱਸ ਦਾ ਵੇਟ ਕੀਤਾ ਤਾਂ
ਕੀ ਸਿਸਟਮ ਹੋਇਆ ਕਿ ਹਾਂ ਪੌਣੇ ਛੇ ਵਾਲੀ ਬੱਸ ਲੱਗੀ, ਪੌਣੇ ਛੇ ਵਾਲੀ ਬੱਸ ਲੱਗੀ ਅਤੇ ਸਵਾ ਛੇ ਤੁਰੀ, ਅੱਧਾ ਘੰਟਾ ਮਦਦ ਨੇ ਜੋੜਿਆ ਗਿਆ ਯਾਰ ਗਰਮੀ ਦੇ ਵਿੱਚ, ਇੰਨੀ ਜ਼ਿਆਦਾ ਗਰਮੀ, ਗਲੇ ਸਾਡੇ ਖਰਾਬ ਹੋਏ ਪਏ, ਆਵਾਜ਼ਾਂ ਬਦਲੀਆਂ ਪਈਆਂ, ਭਾਰੀਆਂ ਜਿਹੀਆਂ ਪਈਆਂ ਹੋਰ ਜਿਸ ਤਰ੍ਹਾਂ ਦੀਆਂ, ਮੂੰਹ ਟੈਨ ਹੋ ਗਿਆ ਵਾ, ਕੱਟਾ ਪੈ ਗਿਆ, ਪਤਾ ਨਹੀਂ ਕਿਵੇਂ ਇੰਨਾ ਧਿਆਨ ਰੱਖੀਦਾ ਫਿਰ ਵੀ, ਅਤੇ ਸੌਣ ਲੱਗੇ ਪ੍ਰਾਹੁਣ।